ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਵੜਿੰਗ ਆ ਟ੍ਰਾਂਸਪੋਰਟ ਮੰਤਰੀ ਪੰਜਾਬ ਤੁਹਾਡੀ ਕਿਰਪਾ ਨਾਲ ਹੁਣੇ-ਹੁਣੇ 10 ਦਿਨ ਪਹਿਲਾਂ ਬਣਿਆ ਹਾਂ ਜਿਵੇਂ ਕਿ ਪਿਛਲੀ ਸਰਕਾਰ ਬਣ ਤੋਂ ਪਹਿਲਾਂ 2017 ਦੇ ਵਿੱਚ ਅਸੀਂ ਇਹ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਅਸੀਂ ਪਰਮਿਟਸ ਦੇਾਂਗੇ ਆ ਕਾਰੋਬਾਰ ਦੇਾਂਗੇ ਉਸੇ ਵਾਅਦੇ ਦੇ ਤਹਿਤ ਅਸੀਂ 864 ਸਟੇਜ ਕੈरेज ਪਰਮਿਟਸ ਕੱਢੇ ਹੈ ਵੱਡੀਆਂ ਬੱਸਾਂ ਦੇ ਪਰਮਿਟਸ ਜਿਹੜੇ ਕੱਢੇ ਹੈ 248 ਰੂਟਸ ਹਨ ਜਿਹੜੇ ਆਡਾ ਆਡੈਂਟੀਫਾਈ ਰੂਟਸ ਕੀਤੇ ਹੋਏ ਨੇ ਤੇ 864 ਸਟੇਜ ਕੈਰੀਡ ਪਰਮਿਟਸ ਹਨ ਜਿਨ੍ਹਾਂ ਦੀ ਲਾਸਟ ਤਾਰੀਖ ਜਿਹੜੀ ਸੀ ਉਹ 7 10 2021 ਸੀ ਲੇਕਿਨ ਅਸੀਂ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਹੁਣ ਹੋਰੀ ਜਿਹੜੀ ਤਾਰੀਖ ਹੈ ਉਹ 17 10 2021 ਹੋ ਗਈ ਹੈ ਸੋ ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹ ਸਾਰੇ ਰੂਟਸ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਉਸ ਵਾਅਦੇ ਦਿੱਤਾ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ www.punjabtransport.org ਤੇ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਆਖੀਰਲੀ ਤਰੀਕ ਯਾਨੀ ਕਿ ਅੰਤਿਮ ਤਰੀਕ ਅਸੀਂ 10 ਦਿਨ ਵਧਾਏ 17 10 2021 ਇਹਦੀ ਅੰਤਿਮ ਤਰੀਕ ਹੈ ਔਰ ਆਸ ਕਰਦੇ ਹਾਂ ਕਿ ਤੁਸੀਂ ਸਭ ਲੋਗ ਇਹ ਤੁਹਾਡੀ ਜਾਣਕਾਰੀ ਲਈ ਮੈਂ ਵੀਡੀਓ ਬਣਾਈ ਹੈ ਕਾ ਜੋ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਹਰ ਵਿਅਕਤੀ ਨੂੰ ਇਹ ਜਾਣਕਾਰੀ ਜਾਵੇ